ਤੇ ਉਹ ਜਦੋਂ ਗਾਣੇ ਗੁਣੇ ਜੇ ਆਏ ਹਨਾ, ਮੈਂ ਬੇਸਿਕਲੀ ਮੈਂ ਕਦੇ ਗੱਲ ਨਹੀਂ ਕੀਤੀ ਕਿਸੇ ਵੀ ਇੰਟਰਵਿਊ ਦੇ ਵਿੱਚ, ਵੀ ਕਦੇ ਕਦੇ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸ਼ਾਇਦ ਮੈਂ ਘਰੇ ਨਾ ਮੁੜਾਂ, ਕਿਉਂਕਿ ਰੋਜ਼ ਕਦੇ ਨਾ ਕਦੇ ਇਹੋ ਜਿਹੇ ਚੱਕਰ ਚੱਲ ਰਹੇ ਸੀਗੇ ਵੀ ਸਮਝ ਨਹੀਂ ਸੀ ਆ ਰਿਹਾ, ਕਿਉਂਕਿ ਤੁਸੀਂ ਕਦੇ ਮੇਰੇ ਕਦੇ ਗਾਣੇ ਸੁਣੋ, ਕਦੇ ਡੈਥ ਰੂਟ ਸੁਣੋ, ਕਦੇ ਕੁਛ ਵੀ ਸੁਣੋ ਹਨਾ, ਤੁਸੀਂ ਮੇਰੇ ਗਾਣੇ ਸੁਣੋਗੇ ਉਸ ਟਾਈਮ ਤੱਕ ਹਨਾ, ਟਿਲ ਮੈਂ ਜਿੱਦਾਂ ਚਿਰ ਮੈਂ ਘਰ ਨਹੀਂ ਗਿਆ, ਵੀ ਮੇਰੇ ਮਨ ਦੇ ਵਿੱਚ ਕਦੇ ਕਦੇ ਇਹ ਸੀਗਾ ਮੈਂ ਕਦੇ ਘਰੇ ਨਹੀਂ ਮੁੜੂੰਗਾ, ਮੈਨੂੰ ਕਦੇ ਕਦੇ ਇਹ ਲੱਗਦਾ ਹੁੰਦਾ ਸੀ, ਕਿਉਂਕਿ ਮੇਰੇ ਮਾਇੰਡ 'ਚ ਪਰਸੈਪਸ਼ਨਸ ਇਹੋ ਜਿਹੀਆਂ ਸੀਗੀਆਂ ਵੀ ਕੁਛ ਨਾ ਕੁਛ ਚੱਲਦਾ ਰਹਿੰਦਾ ਸੀ ਨਾ। ਅਤੇ ਜਦੋਂ ਮੈਂ, ਕਿਉਂਕਿ ਮੈਂ ਇਕੱਲਾ ਗਾ ਅਤੇ ਮਾਂ ਪਿਓ ਪਿੱਛੇ ਨੇ ਹੈ ਨਾ, ਅਤੇ ਤੁਹਾਨੂੰ ਮੈਂ ਦੱਸਿਆ ਪਹਿਲੀ ਇੰਟਰਵਿਊ 'ਚ ਵੀ ਆਪਾਂ ਗੱਲ ਕਰਕੇ ਆਏ ਵੀ ਸਾਡੀਆਂ ਪਤਾ ਹੀ ਨਹੀਂ ਕੀ ਕੁਛ ਗੱਲਾਂ ਬਣਦੀਆਂ ਹੈ ਨਾ ਇੰਡੀਆ ਤੱਕ, ਵੀ ਉਹ ਜਦੋਂ ਘਰਦਿਆਂ ਤੱਕ ਉਹ ਚੀਜ਼ਾਂ ਪਹੁੰਚਦੀਆਂ ਅਤੇ ਉਹਨਾਂ ਦਾ ਫੋਨ ਆਉਣਾ ਵੀ ਯਾਰ ਵੀ ਆਹ ਗੱਲ ਸੱਚੀ ਹੈ, ਧਮਕੀਆਂ ਜਾਂ ਹੈ ਨਾ, ਥ੍ਰੈਟ ਪਹੁੰਚਦੇ ਨੇ ਜਾਂ ਇੱਦਾਂ ਵੀ ਇਹ ਤਾਂ ਅੱਜ ਕੱਲ੍ਹ ਦਾ ਹੀ, ਇਹਨੂੰ ਮਾਰ ਦੇਣਾ, ਇਹ ਕਰ ਦੇਣਾ, ਉਹ ਕਰ ਦੇਣਾ ਨਾ। ਅੱਛਾ, ਇਹ ਘਰੇ ਜਾਣ ਤੋਂ ਪਹਿਲਾਂ ਆਲਰੇਡੀ ਪਹੁੰਚਣ ਲੱਗੇ ਸੀ, ਹੋ ਚੁੱਕੀਆਂ ਸੀਗੀਆਂ ਜੀ, ਹੋ ਚੁੱਕੀਆਂ। ਫਿਰ ਯਾਰ ਫੋਨ ਤੇ ਮਾਂ ਕਹਿੰਦੀ ਸੀ ਕੁਛ ਜਾਂ ਬਾਪੂ ਜੀ ਕਹਿੰਦੇ ਸੀ ਕੁਛ, ਤਾਂ ਕੀ ਕੀ ਚੱਲਦਾ? ਮੈਂ ਤੁਹਾਨੂੰ ਦੱਸਦਾ ਜੀ, ਮੇਰਾ ਸੁਭਾਅ ਨਾ ਇੱਦਾਂ ਦਾ ਵੀ ਮੈਂ ਕਈ ਵਾਰੀ ਫੋਨ ਫਾਨ ਜਾਂ ਵੀ ਘੱਟ ਹੀ ਚੱਕ, ਮੈਥੋਂ ਚੱਕ ਹੁੰਦਾ ਨਾ, ਕਿਉਂਕਿ ਸਾਰਾ ਦਿਨ ਕੰਮਾਂ ਕਾਰਾਂ ਚ ਇਹੋ ਜਿਹੇ ਤੁਰੇ ਫਿਰਦੇ ਰਹਿੰਦੇ, ਜਾਂ ਫੋਨ ਫਾਨ ਤੁਹਾਨੂੰ ਪਤਾ ਕਿੰਨੀ ਕੁ ਗੱਲ ਕਰਦੇ ਆ, ਵੀ ਮੈਂ ਤਾਂ ਡੈਡੀ ਨਾਲ ਗੱਲ ਬਹੁਤ, ਤੁਸੀਂ ਵੀ ਜਦੋਂ ਕਰਦੇ ਨਾ ਇੱਕ ਬੰਦਾ ਹੁੰਦੇ ਪਰਿਵਾਰ 'ਚ ਵੀ, ਤੁਸੀਂ ਆਪਦੇ ਮਾਤਾ ਨਾਲ ਤੁਹਾਡੀ ਵੱਧ ਇੰਟਰੈਕਸ਼ਨ ਹੁੰਦੀ ਹੈ, ਇੱਕ ਤਾਂ ਸੰਗ ਲੱਗਦੀ ਹੁੰਦੀ ਹੈ, ਸੰਗ ਲੱਗਦੀ ਹੈ ਜੇ ਕੁਛ ਵੀ, ਕੀ ਹੁਣ ਡੈਡੀ ਨਾਲ ਕੀ ਗੱਲ ਕਰਾਂਗੇ ਆਪਾਂ ਨਾ, ਵੀ ਹਾਂ ਹੈਲੋ ਹਾਏ ਵੀ ਠੀਕ ਹੈ, ਬਸ ਠੀਕ ਹੈ, ਬਸ ਠੀਕ ਹੈ ਨਾ। ਅਤੇ ਵੀ ਮੈਂ ਕੁਦਰਤੀ ਮੈਂ ਕੀ ਹੋਇਆ, ਮੈਂ ਪਾਪਾ ਦਾ, ਪਾਪਾ ਨਾਲ ਮੈਂ ਉਹੀ ਘੱਟ ਕਈ ਵਾਰੀ ਫੋਨ ਆਉਂਦੇ ਵਿੱਚ ਝਿਜਕ ਹੁੰਦੀ ਹੈ ਵੀ ਆਪਾਂ ਘੱਟ ਗੱਲ ਕਰਦੇ ਹਾਂ ਨਾ, ਮੈਂ ਮੰਮਾ ਨਾਲ ਤਾਂ ਮੈਂ ਗੱਲ ਕਰ ਲੈਣੀ ਅਤੇ ਮੈਂ ਪਾਪਾ ਨਾਲ ਗੱਲ ਨਹੀਂ ਕਰਨੀ, ਅਤੇ ਪਾਪਾ ਤੋਂ ਰੋਜ਼ ਲੋਕਾਂ ਨੇ ਪੁੱਛਣਾ ਵੀ ਕਦੋਂ ਆਉਣਾ ਉਹਨੇ, ਗੱਲਾਂ ਡੈਡੀ ਕਹਿੰਦਾ ਵੀ ਯਾਰ ਮੈਨੂੰ ਤਾਂ ਆਪ ਨਹੀਂ ਪਤਾ ਹੈ ਨਾ, ਵੀ ਮੇਰੇ ਨਾਲ ਤਾਂ ਵੀ ਕਦੇ ਘੱਟ ਹੀ ਗੱਲ ਹੁੰਦੀ ਉਹਦੀ ਹੈ ਨਾ, ਅਤੇ ਗੱਲਾਂ ਉਹਨਾਂ ਕੋਲ ਸਾਰੀਆਂ ਪਹੁੰਚ ਜਾਣੀਆਂ, ਇੱਥੇ ਜੀ ਇਹਦੀ ਸੰਗਤ ਗਲਤ ਹੈ, ਇੱਥੇ ਫਲਾਨੇ ਬੰਦੇ ਨਾਲ ਰਹਿੰਦਾ, ਯਾਨੀ ਕਿ ਗੱਲਾਂ ਉਹੀ ਉੱਡੀ ਜਾਣੀਆਂ ਹੈ ਨਾ, ਫਿਕਰ ਪੈਣੀ, ਹਾਂ ਫਿਕਰ ਜਾਣਾ। ਮੈਂ ਤੁਹਾਨੂੰ ਦੱਸਦਾ ਵੀ ਸਾਡੇ ਗੁਆਂਢ 'ਚੋਂ ਕੋਈ ਮੁੰਡੇ, ਯਾਨੀ ਕਿ ਸਾਡੇ ਗੁਆਂਢ 'ਚ ਜਿਹੜੇ ਮੁੰਡੇ ਦੇ ਨਾਨਕੇ ਸੀਗੇ, ਉਹ ਮੁੰਡੇ ਕਿਤੇ ਆਪਣੇ ਕਨੇਡਾ ਰਹਿੰਦਾ ਸੀ, ਉਹਨੇ ਗੱਲ ਕਹੀ, ਕਹਿੰਦਾ ਕਹਿੰਦਾ ਜਿੰਨੇ ਜਿੰਨੀ ਕਹਿੰਦਾ ਇਹਨਾਂ ਨੇ ਅੱਤ ਜੀ ਚੱਕੀ, ਕਹਿੰਦੇ ਇਹਨੂੰ ਉਡਾ ਦੇਣਾ ਕਿਸੇ ਨੇ, ਉਹ ਘਰੇ ਡੈਡੀ ਗੱਲ, ਹੁਣ ਉਹਨਾਂ ਨੇ ਤਾਂ ਯੂੰ ਹੀ ਗੱਲ ਕਰਨੀ ਹੁੰਦੀ ਹੈ ਨਾ, ਅਤੇ ਵੀ ਕਹਿੰਦੇ ਵੀ ਅੱਜ ਤੇਰੇ ਪਾਪਾ ਨੂੰ ਤੂੰ ਫੋਨ ਕਰ ਲਾ, ਵੀ ਬਹੁਤ ਗੁੱਸੇ 'ਚ ਨੇ, ਅਤੇ ਵੀ ਕਿਸੇ ਨੇ ਕੋਈ ਗੱਲ ਗੁੱਲ ਕਹਿਤੀ, ਵੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਉਹ ਕਹਿੰਦੇ ਮੈਨੂੰ ਫੋਨ ਨਾ ਕਰੇ ਤੂੰ, ਤੇ ਮੈਨੂੰ ਮੈਂ ਫੋਨ ਕੀਤਾ ਜੀ, ਮੇਰੇ ਫੋਨ ਕੱਟਤਾ ਹੈ ਨਾ, ਮੈਂ ਤਾਂ ਫੋਨ ਆਇਆ ਨਾ, ਫਿਰ ਮੈਨੂੰ ਚੱਲਿਆ ਮਨ 'ਚ ਫਿਰ, ਹਾਂ ਮੈਨੂੰ ਯਾਰ ਵੀ ਸਾਲਾ ਘਰਦਿਆਂ ਨਾਲ ਯਾਰ ਵੀ ਗੱਲ ਕਰਦੇ, ਵੀ ਘਰਦੇ ਵੀ ਇਹ ਬਿਹੇਵ ਕਰ ਰਹੇ ਨੇ, ਵੀ ਚਲੋ ਬਾਹਰੋਂ ਤਾਂ ਆਪਾਂ ਐਕਸਪੈਕਟ ਕਰਦੇ ਕਿਉਂਕਿ ਉਦੋਂ ਨਵੇਂ ਨਵੇਂ ਗਾਣੇ ਆਏ ਹੈ ਨਾ, ਲੋਕਾਂ ਦੀ ਕਮੈਂਟ ਬਾਜੀ ਜੀ ਇਹ ਕਰਦੇ ਇੱਦਾਂ ਦਾ ਇਹ ਉੱਦਾਂ ਦਾ ਹੈ ਨਾ, ਅਤੇ ਮੈਂ ਵੀ ਯਾਰ ਇਹ ਤਾਂ ਗੱਲ ਹੈ ਨਾ ਵੀ ਗਲਤ ਹੈ ਨਾ, ਵੀ ਘਰਦੇ ਵੀ ਯਾਰ ਐਂ ਕਰੀ ਜਾਂਦੇ ਹੈ ਨਾ, ਅਤੇ ਫਿਰ ਮੈਨੂੰ ਪਾਪਾ ਦਾ, ਮੈਨੂੰ ਤਾਇਆ ਜੀ ਦਾ ਫੋਨ ਆਇਆ ਮੇਰੇ ਦਾ, ਵੀ ਇੱਦਾਂ ਕਰਕੇ ਵੀ ਤੇਰੇ ਪਾਪਾ ਦਾ ਵੀ ਬੀਬੀ ਵਧਿਆ ਹੋਇਆ, ਅਤੇ ਵੀ ਅਸੀਂ ਇਹਨੂੰ ਹੋਸਪਿਟਲ ਲੈ ਕੇ ਜਾ ਰਹੇ ਹਾਂ, ਵੀ ਪਤਾ ਨਹੀਂ ਕਿਸੇ ਗੱਲ ਦਾ ਵੀ ਗੁੱਸਾ ਹੈ ਨਾ, ਪਤਾ ਨਹੀਂ ਮੈਂ ਪਹਿਲੀ ਵਾਰੀ ਫੋਨ ਤੇ ਰੋਇਆ ਉਦਣ ਡੈਡੀ ਕੋਲ, ਮਾਂ ਡੈਡੀ ਵੀ ਯਾਰ ਤੁਸੀਂ ਤਾਂ ਮੇਰੀ ਜ਼ਿੰਦਗੀ 'ਚ ਦੋ ਤਿੰਨ ਜਾਣੇ ਹੋ ਜਿਹਨਾਂ ਨਾਲ ਮੈਂ ਗੱਲ ਕਰਨੀ ਹੈ ਨਾ, ਤੁਸੀਂ ਹੁਣ ਇੱਦਾਂ ਦਾ ਬਿਹੇਵ ਕਰਦੇ ਹੋ ਨਾ, ਵੀ ਤੁਸੀਂ ਵੀ ਮੇਰੇ ਨਾਲ ਲੜੀ ਜਾਂਦੇ ਹੋ ਵੀ ਇੱਦਾਂ ਦਾ ਕਰਕੇ, ਫਿਰ ਮੈਨੂੰ ਡੈਡੀ ਨੂੰ ਸਾਰਿਆਂ ਨੇ ਗੱਲ ਦੱਸੀ, ਡੈਡੀ ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਮੈਥੋਂ ਲੋਕ ਪੁੱਛਦੇ ਆ ਹੈ ਨਾ, ਵੀ ਆਹ ਚੱਕਰ ਆ, ਵੀ ਤੂੰ ਆਹ ਚੱਕਰ, ਵੀ ਹੁਣ ਤੂੰ ਸਾਡੀ ਗੱਲ ਹੀ ਨਹੀਂ ਹੋਊਗੀ ਹੈ ਨਾ ਆਪਦੇ ਵਿੱਚ, ਵੀ ਤੂੰ ਮੈਂ ਕਿਹੜਾ ਤੁਹਾਨੂੰ ਕੁਛ ਕਹਿਣ ਲੱਗਿਆ, ਵੀ ਚੱਲ ਤੂੰ ਆਪਣੀ ਮਾਤਾ ਨਾਲ ਗੱਲ ਕਰਦਾ ਕਰ, ਤੂੰ ਮੈਨੂੰ ਵੀ ਦੱਸ ਦਿਆ ਕਰ ਵੀ ਬਾਈ ਮੈਂ ਇੰਨੀ ਤਰੀਕ ਨੂੰ ਆਉਣਾ, ਵੀ ਮੇਰਾ ਆਹ ਕਰਨਾ ਹੈ ਨਾ, ਆਹ ਕਰਨਾ, ਵੀ ਕਾਫੀ ਗੱਲਾਂ ਸੀਗੀਆਂ। ਫਿਰ ਮੈਂ ਡੈਡੀ ਨੂੰ ਸਮਝਾਇਆ, ਮੈਂ ਕਿਹਾ ਡੈਡੀ ਚਲੋ ਹੁਣ ਜੋ ਗੱਲਾਂ ਹੋ ਗਈਆਂ ਹੋ ਗਈਆਂ, ਮੈਂ ਕਿਹਾ ਮੈਂ ਆਊਂਗਾ, ਮੈਂ ਨਾ ਘਰੇ ਲਿਆ ਕੇ ਨਾ ਥੋੜੇ ਸਿਰਹਾਣੇ ਫੋਨ ਰੱਖੂੰਗਾ, ਇੱਕ ਦਿਨ ਤੁਸੀਂ ਮੇਰਾ ਫੋਨ ਸਾਂਭ ਲਿਓ, ਤੇ ਫਿਰ ਤੁਸੀਂ ਸਮਝ ਜਾਓਗੇ ਵੀ ਕਿਹਦੇ ਫੋਨ ਚੱਕਦੇ, ਕਿੰਨੇ ਕਰੇ ਚੱਕਦੇ, ਕਿੰਨੇ ਕਿਹਨੂੰ ਫੋਨ ਆਉਂਦੇ ਨੇ ਸਾਰਾ ਦਿਨ। ਤੇ ਮੈਂ ਉਹੀ ਇੱਕ ਦਿਨ ਬਾਏ ਚਾਂਸ ਮੈਂ ਫੋਨ ਡੈਡੀ ਕੋਲ ਭੁੱਲ ਗਿਆ ਰਾਤ ਨੂੰ, ਇਦੇ ਫੋਨ ਤੇ ਫੋਨ ਜੀ ਫੋਨ ਤੇ ਫੋਨ, ਮੈਨੂੰ ਤੜਕੇ ਡੈਡੀ ਨਾਲ ਫੋਨ ਫੜ ਗਿਆ, ਕਹਿੰਦਾ ਗੱਲ ਤੇਰਾ ਕੰਮ ਤੇਰਾ ਔਖਾ ਹੀ ਹੈ, ਕਹਿੰਦਾ ਮੈਂ ਪਹਿਲਾਂ ਵੀ ਵੀ ਇਹ ਗੱਲਾਂ ਸੱਚੀ ਔਖੀਆਂ ਨੇ ਹਨਾ, ਤੇ ਵੀ ਉਹ ਚੀਜ਼ਾਂ ਸਾਰੀਆਂ ਦਿਮਾਗ ਸੀ, ਸਰਕਮਸਟਾਂਸ ਆਪਦੀ ਫੈਮਿਲੀ ਨਾਲ ਵੀ ਇੰਨੇ ਹੋਏ ਹੋਏ ਸੀ ਹਨਾ। ਆਪਣੀ ਜ਼ਿੰਦਗੀ ਚ ਹੋਰ ਕੌਣ ਹੈ, ਯਾਰ ਦੋਸਤ ਨੇ ਜਾਂ ਮਾਂ ਪਿਓ ਨੇ ਹਨਾ, ਤੇ ਹਮੇਸ਼ਾ ਆਪਾਂ ਕਰਦੇ ਹੋਣਾ ਵੀ ਮੇਰੀ ਮਾਂ ਮੇਰਾ ਰੱਬ ਜਿਹਦੀ ਕੁੱਖੋਂ ਹੈ, ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਹਨਾ, ਵੀ ਉਹ ਜਿਹੜੀਆਂ ਮੇਰੇ ਵਲਵਲੇ ਹੁੰਦੇ ਨੇ, ਜਿੰਨੀਆਂ ਜੋ ਮੇਰੀ ਸੋਚ ਆ ਪਾਈ ਜਾਂਦੇ ਰਹਿੰਦੇ ਗਾਣੇ ਮੈਂ। ਹਾਂਜੀ ਹਾਂ ਮੈਂ ਲਿਖਿਆ ਸੀ ਉਦਣ, ਹਾਂਜੀ ਹਾਂਜੀ ਮੈਂ ਲਿਖਿਆ ਵੀ ਉਹ, ਮੈਂ ਦੋ ਕਲੈਣਾ ਮੈਂ ਲਿਖੀਆਂ ਵੀ ਹੋਈਆਂ, ਮੈਂ ਹਜੇ ਹਜੇ ਮੈਂ ਇੱਕ ਲਾਈਵ ਸ਼ੋਅ 'ਚ ਵੀ ਸੁਣਾਈਆਂ ਸੀ ਵੀ ਜੋ ਮੈਨੂੰ ਗੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ, ਮੁੱਲ ਮੋੜਨਾ ਚਾਹੁੰਦਾ ਤੇਰਿਆਂ ਧੌਲਿਆਂ ਦਾ, ਹਨਾ ਸਾਰੀ ਉਮਰ ਤੋਂ ਬਾਪੂ ਮੇਰਾ ਕਰਿਆ ਹੈ, ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇ ਰੌਲਿਆਂ ਦਾ, ਜਿਹਨੂੰ ਡਿੱਗਦੇ ਟਹਿੰਦੇ ਨੂੰ ਲੋਕੀ ਟਿੱਚਰਾਂ ਕਰਦੇ ਸੀ, ਅੱਜ ਪਰਬਤ ਵਾਂਗੂ ਛਾਤੀ ਤਣਖ ਲੋ ਗਿਆ ਹੈ, ਦੁਨੀਆਂ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ, ਪੁੱਤ
ਫਿਰ ਹੌਲੀ ਹੌਲੀ ਪਾਪਾ ਨਾਲ ਤਾਂ ਕਲੀਅਰ ਹੋ ਗਿਆ ਸਾਰਾ ਕੁਛ ਹਨਾ, ਤੇ ਡੈਡੀ ਨੂੰ ਵੀ ਸਮਝ ਆ ਗਿਆ ਵੀ ਇੱਦਾਂ ਕਰਕੇ ਆਹ ਚੀਜ਼ ਹੈ ਨਾ, ਉਹ ਯਾਨੀ ਕਿ ਇੰਡੀਆ 'ਚ ਆਉਣ ਤੋਂ ਪਹਿਲਾਂ ਦੀ ਹੈ ਨਾ।